ਕੀ ਨਾ ਫੜਾ ਬਾਟੀ ਲੈ ਪ੍ਰਜਾ ਜੀ ਮੇਰੀ ਤਾਂ ਗੱਲ ਸੁਣਾ ਹਾਂ ਤੈਨੂੰ ਮੈਂ ਇੰਨਾ ਜੋਰ ਲਾਇਆ ਇੰਨਾ ਜੋਰ ਲਾਇਆ ਵੀ ਤੇਰੀ ਭੈਣ ਦਾ ਰਿਸ਼ਤਾ ਕਰਾ ਦੇ ਕਹਿੰਦੀ ਤੂੰ ਤਾਂ ਅੱਠਵੀਂ ਫੇਲ ਐ ਅੱਠਵੀਂ ਫੇਲ ਐ ਲੈ ਮੇਰੀ ਤਾਂ ਜਾਨ ਨੂੰ ਛਾਪੀ ਛਾਪੇ ਛੱਡ ਰਹੇ ਨੇ ਸਵੇਰੇ ਦੀ ਨਿਕਲੀ ਆ ਪਤਾ ਨਹੀਂ ਕਿੱਧਰ ਨਿਕਲੀ ਆ ਨਾ ਪੁੱਛੇ ਨਾ ਗਿਣੇ ਪਤਾ ਨਹੀਂ ਕਿੱਧਰ ਜਾ ਰਹੀ ਆ ਲੈ ਬੋਲ ਮੈਂ ਤਾਂ ਹੈ ਹੀ ਚੜੇਲ ਇਦਾਂ ਦੀ ਉਹੀ ਤਾਂ ਗੱਲ ਐ ਪ੍ਰਜਾ ਜੀ ਹੁਣ ਤੂੰ ਚਾਹ ਤਾਂ ਬਣਾਵੇਂਗੀ ਬੂਚ ਕੇ ਕੰਦੂਤੋਂ ਦੀ ਇੱਕ ਕੱਪੀ ਮੈਨੂੰ ਵੀ ਫੜਾ ਦੀ ਚਾਹ। ਕੋਈ ਨਾ ਫੜਾ ਦੂ। ਆ ਮੈਂ ਦੇਲਾ ਤੇਰੇ ਭਾਈ ਨੂੰ ਕਿਹਾ ਸੀ ਵੀ ਚਿਨੀ ਲਿਆ ਦੇ ਮੈਨੂੰ ਮੁੱਕੀ ਹੋਈ ਆ। ਬਸ ਘੋਲੀ ਇੰਨੀ ਕਰ ਜਾਂਦਾ ਤਾਂ ਮੰਗਣੀ ਪੈਗੀ। ਨਹੀਂ ਤਾਂ ਮੈਂ ਮੰਗਣੀ ਹੋਈ ਨਹੀਂ ਤੀ। ਨਾ ਨਾ ਪਰਜਾਈ ਫਿਰ ਇਹ ਕਿੱਡੀ ਕੀ ਗੱਲ ਐ। ਉਹ ਮੇਰਾ ਭਾਈ ਐ। ਤੂੰ ਮੇਰੀ ਪਰਜਾਈ ਐ। ਜੇ ਦੁੱਖ ਦੇ ਸੁੱਖ ਦੇ ਆਪਾਂ ਇੱਕ ਦੂਜੇ ਦੇ ਕੰਮ ਨਹੀਂ ਆਵਾਂਗੇ। ਹੋਰ ਕੌਣ ਆਊਗਾ ਪਲਾਂ ਨਹੀਂ ਉਹ ਗੱਲ ਤਾਂ ਠੀਕ ਆ ਤੇਰੀ ਜੇ ਹੁਣ ਤੂੰ ਕਿਸੇ ਦੂਜੇ ਘਰੇ ਜਾਂਦੀ ਠੰਡ ਲੈਣ ਗੱਲਾਂ ਬਣਾ ਲਾਂਦੇ ਲੋਕ ਆਏ ਆ ਪਾ ਆ ਇਹ ਤਾਂ ਕੌਲੀ ਚੱਕੀ ਫਿਰਦੀ ਐ ਹੁਣ ਘਰ ਦਾ ਖਰਚ ਤਾਂ ਹੈ ਗਿਆ ਸਾਰਾ ਕੁਸ ਉਹ ਤਾਂ ਗੱਲ ਤੇਰੀ ਠੀਕ ਆ ਲੋਕ ਤਾਂ ਪਕਾਈ ਮਾਰਦੇ ਹੀ ਹੁੰਦੇ ਨੇ ਉਸਦਾ ਗੱਲ ਆ ਪਰ ਜਾਈ ਮੈਨੂੰ ਤਾਂ ਉਹਦੇ ਨਾਲ ਤੇਰਾ ਮੋਹ ਆਂਦਾ ਜ਼ਿਆਦਾ ਉਹ ਤਾਂ ਕਾਣੀ ਕੌਡੀ ਦਾ ਸੁਭਾਅ ਨਹੀਂ ਹੈਗਾ ਨਾਲੇ ਤਾਂ ਖਾਂਦੀ ਐ ਨਾਲੇ ਟੀਟਣੇ ਮਾਰਦੀ ਐ ਵੇ ਉਹ ਤਾਂ ਮਾਰੂਗੀ ਟੀਟਣੇ ਨਾ ਤੇ ਤਾਂ ਨਮਾ ਪਾ ਕੇ ਨਿਕਲ ਜਾਂਦੀ ਆ ਨਾ ਰੋਕਾ ਨਾ ਉਹਨੂੰ ਕੋਈ ਟੋਕ ਆ ਤੈਨੂੰ ਕੀ ਦੱਸਾਂ ਪਰਜਾਈ ਮੈਂ ਤਾਂ ਬਹੁਤ ਦੁਖੀ ਆ ਬਹੁਤ ਦੁਖੀਆ ਮੇਰਾ ਤਾਂ ਤੇਰੇ ਗਲ ਲਾ ਕੇ ਰੋਣ ਨੂੰ ਜੀ ਕਰਦਾ ਕੀ ਕਰਾਂ ਕੰਧ ਆ ਗਈ ਵਿਚਾਲੇ ਹਾਏ ਹਾਏ ਡੁੱਬੜਿਆ ਜੇ ਤੂੰ ਚਾਰ ਜਮਾਤਾਂ ਪੜ ਲੈਂਦਾ ਨਾ ਤਾਂ ਤੈਨੂੰ ਛੋਟੀ ਦਾ ਰਿਸ਼ਤਾ ਤਾਂ ਮੈਂ ਪੱਕਾ ਕਰਾਈ ਦਿੰਦੀ ਮੈਂ ਕੀ ਕਰਦਾ ਪਰਜਾਈ ਉਹ ਮੈਥ ਤੇ ਸਾਇੰਸ ਮਾਰ ਕੇ ਮੇਰੇ ਤੋਂ ਤਾਂ ਉਹੀ ਨਹੀਂ ਨਿਕਲੇ ਮੈਂ ਮੈਥ ਤੇ ਸਾਇੰਸ ਨਹੀਂ ਮੇਨ ਨਾਲ ਤਾਂ ਤੈਨੂੰ ਸਾਰਾ ਕੁਝ ਹੀ ਮਾਰ ਗਿਆ ਉਹ ਮੈਂ ਮਰ ਜਾ ਦੇਖ ਲਾ ਇਹਨੂੰ ਵੀ ਹੁਣ ਜਵਾਨੀ ਚੜੀ ਆ ਹੈ ਵੀ ਭਲਾ ਪੁੱਠਣ ਵਾਲਾ ਹੋਵੇ ਲੱਛਣ ਤਾਂ ਦੇਖ ਲੈ ਭੂ ਕੀ ਕਰਦੀ ਐ ਸੋਰਾ ਘਰ ਮੇਰਾ ਖਾ ਕੇ ਮੁੱਦਾ ਮਾਰਤਾ ਵੀ ਮੇਰੇ ਘਰ ਚ ਐਜਾ ਹੁਣ ਕੀ ਬਚਿਆ ਨੀ ਜਿਹੜਾ ਤੂੰ ਇਥੋਂ ਚੱਕਣਾ ਜਿਹੜਾ ਖਾਣਾ ਕੋਈ ਨਹੀਂ ਇਹਦੇ ਨਾਲ ਤਾਂ ਮਾਂ ਹੀ ਜਾ ਕੇ ਗੱਲ ਕਰਦੀਆਂ ਚਾਹ ਵੱਡਿਆ ਹਾਏ ਵੇ ਪ੍ਰਿੰਟ ਲੜ ਜਾਣੀ ਸੀ ਮੇਰੇ ਤਾਂ ਚੰਗਾ ਆਜੂਗੀ ਤਾਂ ਫਿਰ ਕਲੇਸ਼ ਕਰੂਗੀ ਚਾਹ ਬਣਾ ਕੇ ਦਿੰਨੀ ਐ ਤੈਨੂੰ ਮੈਂ ਕੱਪ ਬਸ ਬਸ ਆ ਗਈ ਉਹ ਚਾਹ ਵੇ ਜਹ ਚ ਇਸ ਤਰ੍ਹਾਂ ਖਾ ਲੇਂਗਾ ਵੇ ਤੂੰ ਟਿਕ ਜਾ ਟਿਕ ਜਾ ਆ ਲੱਛਣ ਬਹੁਤ ਮਾੜੇ ਨੇ ਤੇਰੇ ਟਿਕ ਜਾ ਮੈਂ ਤੈਨੂੰ ਕਹਿਨੀ ਐ ਹਲੇ ਵੀ ਲਾ ਚੰਗਾ ਬਲਾ ਤਾਂ ਹੈਗਾ ਮੈਂ ਮੈਨੂੰ ਕੀ ਹੋਇਆ ਵੇ ਤੈਨੂੰ ਨਹੀਂ ਕੁਝ ਹੋਇਆ ਤੇਰੇ ਲੱਛਣ ਵਾੜੇ ਨੇ ਮੈਨੂੰ ਤੂੰ ਐਂ ਦੱਸ ਵੀ ਆਹ ਕੰਦ ਤੇ ਖੜਾ ਖੜਖੜ ਕਰਕੇ ਗੱਲਾਂ ਕਰਦਾ ਸੀ ਬਾਟੀ ਚ ਕੀ ਦਿੱਤਾ ਇਹਨੂੰ ਲਾ ਓਹੋ ਮਾਲਾ ਪਤਾ ਨਹੀਂ ਕੀ ਹੋ ਗਿਆ ਲਾ ਉਂਈ ਡਰਾ ਦੂਗੀ ਬੰਦੇ ਨੂੰ ਬੰਦੇ ਦੇ ਦੌਰੇ ਪੈ ਜੇ ਉਹ ਤਾਂ ਵਿਚਾਰੀ ਖੰਡ ਦੀ ਬਾਟੀ ਲੈਣ ਆਈ ਸੀ ਵੇਖ ਲਾ ਹੰਡ ਮੁੱਕਰੀ ਆ। ਦੇਖ ਲਾ, ਦੇਖ ਲਾ। ਵੇ ਤੇਰੀ ਮੈਂ ਜ਼ਬਾਨ ਖਿੱਚ ਕੇ ਨੋਚ ਦੇਣੀ ਆ ਮਰ ਜਾਣਿਆ। ਆਖੇ ਵਿਚਾਰੀ ਬਾਟੀ ਲੈ ਕੇ ਗਈ ਆ। ਵਿਚਾਰੀ ਨੂੰ ਦੱਸ ਤੇਰੀ ਕੀ ਲੱਗਦੀ ਆ? ਵੇ ਸਾਰਾ ਤਾਨੂੰ ਘਰ ਖਵਾਤਾ। ਸਾਰਾ ਘਰ ਮੂਦਾ ਕਰਤਾ। ਮੈਨੂੰ ਐਂ ਤਾਂ ਦੱਸ ਦੇ ਹੁਣ ਘਰ ਚ ਕੀ ਬਚਿਆ ਜਿਹੜਾ ਇਹਨੂੰ ਚਕਾਉਣਾ ਹਰਾਮਣ ਨੂੰ। ਕਹਿੰਦੇ ਬੌਲੇ ਪਿੰਡ ਚੋਂ ਭੱਗ ਗਏ ਆ। ਪਤਾ ਨਹੀਂ ਵੀ ਮੇਰੇ ਘਰੀ ਨੇ ਕਹਿੰਦੀ ਤੇਰੀ ਕੀ ਲੱਗਦੀ ਆ? ਮੇਰੀ ਪਰਜਾਈ ਲੱਗਦੀ ਆ। ਓਹ। ਬੇ ਮੈਨੂੰ ਵੀ ਆਇਆ ਤਾਂ ਪਤਾ ਵੀ ਤੇਰੀ ਪਰਜਾਈ ਲੱਗਦੀ ਐ ਮੇਰੇ ਹੁੰਦਿਆ ਵੀ ਉਹ ਖੰਡ ਮੰਗ ਸਕਦੀ ਸੀ ਮੇਰੇ ਮਗਰੋਂ ਕਾ ਤੋ ਬਾਜਾ ਮਾਰ ਕੇ ਖੰਡ ਮੰਗਦੀ ਐ ਬੇ ਕੀ ਬਤਲਵਾਦਾ ਤੂੰ ਘਰੇ ਖੜਤੀ ਨਹੀਂ ਹੈਗੀ ਤੇਰਾ ਤਾਂ ਬਾਹਰ ਪੈਰ ਨਿਕਲ ਰਿਆ ਹੁਣ ਦੇਖ ਲੈ ਕਦੋਂ ਦੀ ਗਈ ਤੀ ਮੈਨੂੰ ਦੱਸ ਕੇ ਗਈ ਐ ਕਿ ਪੁੱਛ ਕੇ ਗਈ ਐ ਹੁਣ ਬੜੀ ਐ ਘਰੇ ਉਹ ਮਹੱਲਾ ਲੈ ਜਾ ਪਰਜਾਈ ਖੰਡ ਦੀ ਕੋਲੀ ਨਾਲੇ ਇੱਕ ਕੱਪੀ ਚਾਦੀ ਮੈਨੂੰ ਦੇ ਦੀ ਆਹੋ ਕਹਿੰਦਾ ਇੱਕ ਕੱਪੀ ਚਾਹ ਦੀ ਮੈਨੂੰ ਦੇ ਦੀ ਵੇ ਜਦੋਂ ਮਾਂ ਐ ਇੰਨੀ ਬਦਗੋ ਚਾਹ ਬਣਾ ਕੇ ਤੈਨੂੰ ਕਹਿੰਨੀ ਆ ਵੀ ਜੀ ਚਾਹ ਪੀ ਲਓ ਉਹ ਤਾਂ ਕਹਿੰਦਾ ਨਾ ਨਾ ਮੇਰੇ ਤਾਂ ਤਜਾਬ ਬਣਦਾ ਮੈਂ ਤਾਂ ਕੈਪਸੂਲ ਲਿਆਦੇ ਨਾ ਹੁਣ ਉਹ ਚਾਹ ਚਾਹੇ ਜਾਂ ਕੀ ਪਾ ਕੇ ਦੇਊਗੀ ਜਦੋਂ ਤੱਕ ਤਰ ਤਜਾਬ ਨਹੀਂ ਬਣਨ ਲਾ ਇੱਕ ਟਾਈਮ ਤਾਂ ਬੰਦਾ ਪੀਊਗੀ ਜਦੋਂ ਤੂੰ ਬਾਰੀ ਬਾਰੀ ਕਹਿੰਦਾ ਨਹੀਂ ਆ ਲਾ ਚਾਹ ਪੀਣੀ ਆ ਚਾਹ ਪੀਣੀ ਆ ਉਦੋਂ ਮੈਂ ਕਹਿੰਦਾ ਨਾ ਵੀ ਮੇਰਾ ਤਜਾਬ ਬਣਦਾ ਕਮਾਲ ਹੋ ਰਹੀ ਐ ਨਾ ਨਹੀਂ ਮੇਰੀ ਗੱਲ ਸੁਣ ਲੈ ਮੇਰੀ ਗੱਲ ਸੁਣ ਲੈ ਬੰਤਾ ਲੰਮੀ ਨਿਗਾਹ ਮਾਰਦਾ ਹੁੰਦਾ ਉਪਰ ਜਾਈ ਐ ਪੰਮੀ ਮੇਰਾ ਭਾਈ ਐ ਸਾਡਾ ਕੀ ਬੰਡਾ ਐ ਸਾਡਾ ਨਹੀਂ 5-4 ਸਾਲ ਕੱਠ ਹੋਰ ਚੱਲ ਜਾਂਦਾ ਜੇ ਤੂੰ ਡੈਣਾਂ ਦੀ ਨਾਂ ਦੀ ਸਾਡੇ ਕਰੇ ਬੇ ਕੋਈ ਚੱਜ ਦੀ ਵਿਆਹ ਲੈਂਦਾ ਮੈਂ ਕੜਾ ਚਿੱਠੀ ਪਾਈ ਸੀ ਵੀ ਮੇਰਾ ਰਿਸ਼ਤਾ ਲੈ ਕੇ ਜਾਓ ਬੇ ਮੈਂ ਤਾਂ ਆਪਣੇ ਕਰਮਾਂ ਨੂੰ ਪਛਤਾਉਣੀ ਆ ਤੇਰੇ ਆਕੇ ਬੇ ਬਦਗਟ ਐਸਪੀ ਦੇ ਮੁੰਡੇ ਦਾ ਰਿਸ਼ਤਾ ਆਉਂਦਾ ਸੀ ਰਾਜ ਕਰਦੀ ਰਾਜ ਵਿਆਹ ਸਮਾਂ ਤਾਂ ਨਾ ਦੇਖਣ ਆਪ ਐਦਾ ਜਿਹੜਾ ਕੌਲੀਆਂ ਬਟਾਉਂਦਾ ਫਿਰਦਾ ਲੈ ਪੀਲ ਵੇ ਭੋਲਾ ਚਾ ਪੋਲੇ ਲੈ ਇਹ ਤਾਂ ਪੈ ਗਿਆ ਕੰਜਰਖਾਨਾ ਹੁਣ ਤੱਕ ਕਿਹੜੀ ਚਾਹ ਪੀਣੀ ਐ ਨੇ ਪੀਲੀ ਕਾਫੀ ਐ ਤਾਂ ਹੁਣ ਚਲ ਆਪਾਂ ਨੂੰ ਕੀ ਆਪਾਂ ਪੀਨੇ ਆ ਉਹ ਆ ਦਾਦੀ ਵੱਡੀ ਨਗਰ ਨੂੰ ਡੀਐਸਪੀ ਦਾ ਰਿਸ਼ਤਾ ਨਾ ਹੁਣ ਪੁੱਛ ਲੈ ਡੀਐਸਪੀ ਨੂੰ ਹੁਣ ਬਗਦਾ ਡੀਐਸਪੀ ਦਾ ਕੀ ਗੱਲ ਮੈਂ ਤਾਂ ਸਾਰ ਲੂ ਮੈਂ ਗਿੱਲੀ ਚੱਕਾਂ ਗੱਲਾਂ ਕਰਦਾ ਹੁਣ ਤਾਂ ਤੇਰੇ ਪੱਲੇ ਪੈ ਗਈ ਤਾਂ ਤੇਰੇ ਹੀ ਰਹੂੰਗੀ ਚਾਹੇ ਸਮਾਰ ਕੇ ਕਟ ਲੈ ਤੇ ਚਾਹੇ ਫਰਾਈ ਦੀਆਂ ਲੱਤਾਂ ਕਟਾ ਲਈ ਤਾਂ ਵੀ ਤਾਂ ਕੱਟਣਾ ਹੀ ਪਾਣਾ ਮੈਂ ਤੁਹਾਨੂੰ ਦੱਸਦਾ ਇਹ ਆ ਪੰਮੀ ਦੇ ਘਰ ਵਾਲੀ ਐ ਮੇਰੀ ਪਰਜਾਈ ਐ ਸੁਣੀਏ ਕਿਤੇ ਲੜਦੀ ਪੰਮੀ ਨਾਲ ਤੇਰਾ ਬੌਣੀ ਕੁੱਤੇ ਵਾਲਾ ਕੰਬ ਬੋ 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 ਸਾਰਾ ਦਿਨੇ ਵੇ ਤੈਨੂੰ ਤਾਂ ਮੈਂ ਬੁਰੀ ਲੱਗਦੀ ਐ ਜਦੋਂ ਤਾ ਉਹ ਦੇ ਨਾਲ ਖੜਕੇ ਕੰਦਾ ਤੇ ਐ ਗੱਲਾਂ ਕਰਦਾ ਸੀ ਉਦੋਂ ਤਾਂ ਤੈਨੂੰ ਉਹ ਬੁਰੀ ਨਹੀਂ ਲੱਗੀ ਜੇ ਮੈਂ ਦੋ ਗੱਲਾਂ ਤੋਂ ਚਾਰ ਗੱਲਾਂ ਕਰ ਲਾਂ ਤਾਂ ਤਾਂ ਤੈਨੂੰ ਲੱਗਦਾ ਮੈਂ ਭੌਂਕਦੀ ਆ ਹੁਣ ਮੈਨੂੰ ਐਂ ਦੱਸ ਦੇ ਬੇੱਚ ਗਲਤ ਤੂੰ ਆ ਕੁਮਾਏ ਇਹ ਚੰਗੇ ਬੰਦੇ ਨੂੰ ਬੰਦਾ ਮੂੰਹ ਮੱਥੇ ਲਾਣਾ ਹੁੰਦਾ ਹੈ ਮਾੜੇ ਬੰਦੇ ਨੂੰ ਕੌਣ ਮੂੰਹ ਮੱਥੇ ਲਾ ਕੇ ਰਦੀ ਆ ਮੈਂ ਮਾਰੀਆਂ ਆ ਹੈਗੀ ਫਿਰ ਉਹਦਾ ਰਿਸ਼ਤਾ ਲੈ ਲੈਂਦੇ ਉਦੋਂ ਉਦੋਂ ਲੈ ਲਾਂਦੇ ਮੇਰੀ ਗੱਲ ਸੁਣ ਲੈ ਹੁਣ ਮੇਰੇ ਭਾਈ ਨੇ ਕਰਾ ਲਿਆ ਇੱਕ ਦੋ ਬੰਦੇ ਇੱਕ ਨਾਲ ਕਰਾਉਂਦੇ ਹੁੰਦੇ ਨੇ ਰਿਸ਼ਤਾ ਤੂ ਟੇਕਲਾ ਚ ਪਤਾ ਨਹੀਂ ਕੀ ਕੀ ਭੌਂਕੀ ਜਾਂਦਾ ਟੇਕਲਾ ਜਬਾਨ ਸਮਾਰ ਕੇ ਗੱਲ ਕਰ ਲਿਆ ਵੇ ਮੇਰਾ ਤਾਂ ਨਾ ਐ ਚੱਤ ਕਰਦਾਗਾ ਵੀ ਜਿਹੜੇ ਮੇਰੇ ਪੇਕਿਆਂ ਨੇ ਹਿੱਸੇ ਪੱਤੀ ਦੇ 4 ਪੈਸੇ ਦਿੱਤੇ ਨੇ ਉਹ ਸਟਾਕੇ ਟੱਕ ਅੰਧ ਕਰਾਦਾ ਉੱਚੀ ਨਾ ਤਾਂ ਉਹ ਹਰਾਮਣ ਤੈਨੂੰ ਦੇਖੇ ਨਾ ਤੂੰ ਉਹ ਹਰਾਮਣ ਨੂੰ ਦੇਖੇ ਦੇਖ ਨਹੀਂ ਕਿਤੇ ਹੋਰ ਨਾ ਮੇਰੇ ਤੋਂ ਗੋਡੇ ਥੱਲੇ ਲੈਣੀ ਪਈਏ ਮੈਨੂੰ ਕੱਲਾ ਦੇਖ ਮੈਂ ਜਾਣਦਾ ਤੇਰੇ ਪੇਕਿਆਂ ਨੂੰ ਭਰਾਂਡਾ ਪਾਣ ਵਾਲਿਆਂ ਨੂੰ ਆਹੋ ਤੇਰੇ ਤਾਂ ਬੜੇ ਬਾਡੇ ਖੜੇ ਨੇ ਤੇਰੇ ਤਾਂ ਬੜੇ ਖੜੇ ਨੇ ਦੇਖ ਲਾ ਕੰਦ ਉੱਚੀ ਕਰਦਾ ਮੇਰੀ ਗੱਲ ਹੋਰ ਗੱਲਾਂ ਦਾ ਛੱਡ ਤੂੰ ਸਵੇਰ ਦੀ ਨਿਕਲਿਆ ਹੋਣਾ ਏ ਦੱਸ ਤੂੰ ਆਈ ਕਿੱਥੋਂ ਆਈ ਕਿੱਥੋਂ ਆਹ ਇਹ ਪੜਦੇ ਦੀ ਗੱਲ ਆ ਹੋਰੀ ਬੋਲ ਕੇ ਕਰ ਮੈਂ ਤਾਂ ਪੰਡਤ ਕੋਲੇ ਜਾ ਕੇ ਆਈ ਆਂ ਹੋਰ ਉਹਨੇ ਮੈਨੂੰ ਆਖਿਆ ਸੀਗਾ ਬੀਬੀ ਨਿਰਨੇ ਕਾਰ ਜੀ ਆਈ ਕਹਿੰਦਾ ਕਿਹੜਾ ਪੰਡਤ ਆਹੋ ਵੇ ਮਾਈ ਤਾਂ ਉਹਦੇ ਕੋਲੇ ਜਾ ਕੇ ਆਈਆਂ ਕਹਿੰਦਾ ਬੀਬੀ ਪਾਣੀ ਵੀ ਨਹੀਂ ਪੀਤਾ ਹੋਣਾ ਚਾਹੀਦਾ ਤੇਰਾ ਕਹਿੰਦਾ ਜੇ ਤੂੰ ਨਰਨਕਾਰ ਜੇ ਆ ਕੇ ਇੱਥੇ ਪੁੱਛ ਕਢਾਏਂਗੀ ਨਾ ਤੇ ਤਾਂ ਤੇਰੀ ਪੁੱਛ ਨਿਕਲੂਗੀ ਕਹਿੰਦਾ ਜੇ ਰੋਟੀ ਪਾਣੀ ਖਾ ਕੇ ਆ ਗਈ ਕਹਿੰਦਾ ਫੇਰ ਨਹੀਂ ਗੱਲ ਪੁੱਛਾ ਲੈਣ ਗਈ ਤੀ ਵੇ ਮਾਈ ਤਾਂ ਉਹ ਪੁੱਛਣ ਗਈ ਸੀਗੀ ਵੀ ਸਾਡੇ ਬੁੜੇ ਦੀ ਉਮਰ ਕਿੰਨੀ ਗਾ ਹਜੇ ਕਿੰਨਾ ਕੁ ਟਾਈਮ ਲਊਗਾ ਅੱਛਾ ਵੀ ਬਾਪੂ ਦੀ ਲੰਮੀ ਉਮਰ ਵਾਸਤੇ ਗਈ ਤੀ ਵੇ ਦੁਆਰੇ ਫਿੱਟੇ ਮੂੰਹ ਤੇਰੇ ਵੇ ਤੈਨੂੰ ਕਿੰਨਾ ਕਸਮ ਜਾ ਮੈਂ ਲੰਮੀ ਉਮਰ ਵਾਸਤੇ ਸਵਾ ਗਈ ਸੀ ਵੇ ਮੈਂ ਤਾਂ ਐ ਪੁੱਛਣ ਗਈ ਸੀ ਵੀ ਇਹ ਕਦੋਂ ਮਰੂਗਾ ਵੇ ਸ਼ਰੀਰ ਇਹਦੇ ਹਿੱਸੇ ਦੀ ਜ਼ਮੀਨ ਦੇ ਪੈਸੇ ਖਾਈ ਜਾਂਦੇ ਨੇ ਪੈਸੇ ਮੇਰੇ ਤਾਂ ਨਹੀਂ ਯਾਰ ਹੁੰਦਾ ਬਾਪੂ ਨੂੰ ਮਾਰਨ ਦੀ ਐ ਸਕਿੰਮਾ ਇਹ ਸੈਣੇ ਕਹਿੰਦੇ ਹੁੰਦੇ ਨੇ ਜੀਦੇ ਘਰੇ ਮਾਪੇ ਬਾਪ ਆ ਉਹਦੇ ਘਰੇ ਤਾਂ ਰੱਬ ਹੁੰਦਾ ਓਏ ਦੇਖੋ ਮੇਰੇ ਸਾਲਿਆਂ ਦੀ ਕੀ ਜੀ ਗੰਦੀ ਸੋਚ ਐ ਫੇਰ ਰੱਬ ਤੇਰੇ ਨਾਲ ਨਹੀਂ ਰਹਿੰਦਾ ਫੇਰ ਤੇਰਾ ਰੱਬ ਤੇਰੇ ਨਾਲ ਨਹੀਂ ਰਹਿੰਦਾ ਗਲ ਘੋਟ ਦੇ ਫੇਰ ਉਹਦਾ ਗਲ ਘੋਟ ਦੇ ਫੇਰ ਨਾਲ ਕੁਝ ਹੋਰ ਸਾਰਾ ਦਿਨੇ ਚੁੰਨੀ ਚੱਕੀ ਫਰੀ ਜਾਂਦੀ ਐ ਸਾਰਾ ਦਿਨੇ ਲੈ ਬਾਪੂ ਨੂੰ ਮਾਰਨ ਨੂੰ ਫਿਰਦੀ ਐ ਵੇ ਤੂੰ ਤਾਂ ਘਰੇ ਤਾਂ ਰਹਿਣਾ ਵੇ ਤੂੰ ਇੱਧਰ ਗਾਟੀਆਂ ਪਾ ਸਕੇ ਕੋਈ ਨਹੀਂ ਦਿਆਂ ਥੋੜਾ ਹੀ ਜਾਣਦੇ ਨੇ ਕਿ ਨਾ ਮੇਰੇ ਸੌਕਣ ਦਾ ਗਲਤੇ ਮਰੋੜਾ ਦਿੱਤਾ ਮੈਨੂੰ ਵੀ ਤੂੰ ਫਿਰ ਜਾਣਦਾ ਨਹੀਂ ਇਹ ਜਾਣਦਾ ਮੈਂ ਤੈਨੂੰ ਜਾਣਦਾ ਨਾਲੇ ਤੇਰੇ ਪੇਕਿਆਂ ਨੂੰ ਆਹੋ ਤੇਰਿਆਂ ਨੂੰ ਵੀ ਮੈਂ ਜਾਣਦੀ ਆਂ ਤੇਰਿਆਂ ਨੂੰ ਵੀ ਜਾਣਦੀ ਆਂ ਮੈਂ ਗੱਲਾਂ ਕਰਦਾ ਬਾਪੂ ਜੀ ਆਹ ਦੇਖ ਲਾ ਭੋਲੇ ਵਾਲੀ ਹੁਣ ਕੀ ਕਰਦੀ ਉੱਤਾ ਘਰਦੀ ਫਿਰਦੀ ਆ ਕੀ ਹੋ ਗਿਆ ਬਾਪੂ ਜੀ ਮੈਂ ਕੰਧ ਤੋਂ ਨਹੀਂ ਸੁਣਿਆ ਕਹਿੰਦੀ ਪੁੱਛਾ ਕਢਾ ਕੇ ਆਈਆਂ ਵੀ ਬਾਪੂ ਕਿਹੜੀ ਤਰੀਕ ਨੂੰ ਮਰੂਗਾ ਹੁਣ ਤੈਨੂੰ ਮਾਰਨ ਦੀ ਸਲਾਹਾਂ ਚ ਆ ਲੈ ਬੋਲ ਭਾਈ ਮੈਂ ਕੀ ਵਿਗਾੜਦਾ ਉਹਦਾ ਹਾਂ ਮੈਨੂੰ ਪਤਾ ਬਾਪੂ ਨੂੰ ਕਿਉਂ ਮਾਰਨ ਨੂੰ ਫਿਰਦੇ ਨੇ ਓਏ ਆਪਣੇ ਕੋਲ ਕਿਲਾ ਵੱਧ ਨਹੀਂ ਹੈਗਾ ਉਹਨਾਂ ਨੂੰ ਆਏ ਵੀ ਆਪਾਂ ਅਦਾ ਅਦਾ ਸਾਂਭ ਲਾਂਗੇ ਕਿਉਂ ਜੇ ਕਿਲਾ ਆਪਣੇ ਕੋਲ ਵੱਧਾ ਤਾਂ ਬਾਪੂ ਨੂੰ ਆਪਾਂ ਸਾਂਭਦੇ ਨਹੀਂ ਬਾਪੂ ਨੂੰ ਲੀੜਾ ਕਪੜਾ ਲੈ ਕੇ ਦਿੰਨੇ ਆਂ दारू-ਬੁੱਟੀ ਕਰਾਉਨੇ ਆ ਉਹਦੀ ਹਾਂ ਉਹ ਤਾਂ ਗੱਲ ਤੇਰੀ ਠੀਕ ਆ ਬਾਪੂ ਨੂੰ ਤਾਂ ਆਪਾਂ ਸਾਂਭਦੇ ਆ ਫੇਰ ਭਾਈ ਭੋਲਾ ਵਿਚਾਰਾ ਕੀ ਕਰੇ ਭੋਲੇ ਦੇ ਮਾੜੀ ਜਨਾਨੀ ਬਸ ਬਹਿ ਗਈ ਮਾੜਾ ਪਸ਼ੂ ਮਾੜੀ ਜਨਾਨੀ ਇਹ ਬੰਦੇ ਨੂੰ ਲੈ ਕੇ ਵੇਂਦੇ ਨੇ ਉਹ ਤਾਂ ਗੱਲ ਤੇਰੀ ਬਾਪੂ ਠੀਕ ਐ ਪਸ਼ੂ ਦਾ ਵਾਦਾ ਘਾਟਾ ਕਰਕੇ ਆਪਾਂ ਵੇਚਦਾਨੇ ਆ ਪਰ ਇਹਨਾਂ ਦਾ ਕੀ ਕਰੀਏ ਨਾ ਕੀ ਗੱਲ ਹੁਣ ਤੂੰ ਮੇਰੇ ਕੰਨੀ ਹੱਥ ਕਰ ਕਰਕੇ ਕਹਿੰਦੇ ਇਹਨਾਂ ਦਾ ਕੀ ਕਰੀਏ ਇਹ ਤੈਨੂੰ ਕਾਹਨੂੰ ਕੁਛ ਕਿਹਾ ਮੈਂ ਹੁ ਛੱਕ ਕਰੀ ਜੰਦੀ ਆ ਮੇਰੇ ਤੇ ਛੱਕ ਨਹੀਂ ਕਰਦੀ ਹੁਣ ਵੇਚਾਂ ਬਚਾਉਣੀਆਂ ਗੱਲਾਂ ਬਾਪੂ ਮੇਰੇ ਕੰਨੀ ਹੱਥ ਕਰ ਕਰ ਕਹਿੰਦਾ ਉਹ ਚੱਲ ਕੋਈ ਨਾ ਭਾਈ ਚੁੱਪ ਕਰ ਜਾ ਤੂੰ ਨਾ ਮੈਂ ਤੇਰਾ ਕੀ ਮਾੜਾ ਕਰਤਾ ਇਹ ਚੁੱਪ ਕਰ ਜਾ ਬਾਪੂ ਸਾਹਮਣੇ ਵੀ ਦੇਖ ਲੈ ਲੜਾਂ ਲੱਗ ਰਹੇ ਤੈਨੂੰ ਸ਼ਰਮਾਣੀ ਚਾਹੀਦੀ ਐ ਸ਼ਰਮਾ ਨਾ ਕੀ ਮਾੜਾ ਹੁਣ ਹੋਰ ਕੀ ਕਰਨ ਲੱਗ ਰਹੀ ਮਾੜੀ ਕਹਿਣ ਲੱਗ ਰਹੀ ਦੇਖ ਲੈ ਉੱਚੀ ਉੱਚੀ ਬੋਲਣ ਲੱਗ ਰਹੀ ਐ ਉਹ ਹੋਣੀ ਚਾਹੀਦੀ ਸੀ ਤੇਰੇ ਉਹਦੇ ਵਰਗੀਆਂ ਤੂੰ ਵੀ ਉਹਦੇ ਵਰਗੀਆਂ ਮੈਂ ਕੋਈ ਉਹਦੇ ਵਰਗੀ ਨਹੀਂ ਮਾੜੀ ਨਹੀਂ ਟਿਕਦੀ ਹੈਗੀ ਹਾਂ ਤੂੰ ਕੰਮ ਕਰੇ ਨਾ ਧੰਦਾ ਕਰੇ ਅਗਲੀ ਨਿੱਤ ਨਵਾ ਸੂਟ ਪਾ ਕੇ ਠੂਦੇ ਨੇ ਨਿਕਲ ਜਾਂਦੀ ਆ ਮੈਂ ਕਿਤੇ ਜਾਨੀ ਆ ਉਹ ਤੂੰ ਵੀ ਹੋਰੇ ਵਰਗੀ ਐ ਤੂੰ ਥੋੜਾ ਘਟਾ ਕਿਸੇ ਨਾਲੋਂ ਦੋ ਟਾਈਮ ਰੋਟੀ ਪਕਾ ਕੇ ਦਿੰਨੀ ਆ ਨਾ ਕਦੇ ਬਾਪੂ ਜੀ ਨੂੰ ਉੱਚਾ ਨਹੀਂ ਮੱਝਬਦ ਕਿਹਾ ਨਾ ਕਦੇ ਤੈਨੂੰ ਕਿਹਾ ਓਏ ਹੁਣ ਕਹਿਣ ਤਾਂ ਲੱਗ ਰਹੀ ਐ ਔਰ ਕੀ ਕਹੇਗੀ ਤੂੰ ਓਏ ਟਿਕ ਜਾ ਭਾਈ ਤੂੰ ਅੰਦਰ ਭਾਈ ਕੰਮ ਕਰ ਲੈ ਕੋਈ ਬਾਪੂ ਜੀ ਐਵੇਂ ਮੇਰੇ ਕੰਨੀ ਹੱਥ ਕਰ ਕਰ ਕੇ ਬੋਲਦਾ ਮੈਨੂੰ ਇਹ ਤੂੰ ਵੀ ਟਿਕ ਜਾ ਕਰ ਭਾਈ ਓ ਬਾਪੂ ਮੈਂ ਕਾ ਤੂੰ ਕੁਛ ਕਹਿ ਕੇ ਹੈ ਨੂੰ ਮੇਰੇ ਨਾਲ ਉਹ ਨਿੱਤ ਕਲੇਸ਼ ਪਾਉਂਦੀ ਆ ਵਧੀਆ ਰਹਿੰਦੀ ਆ ਅਗਲੀ ਤਾਂ ਵੀ ਜਾ ਕੇ ਢ ਕਰਦੀਆਂ ਤੂੰ ਕੀ ਕਰਦੀ ਦੱਸ ਮੈਨੂੰ ਕੀ ਨਹੀਂ ਕਰਦੀ ਲੀੜਾ ਕੱਪੜਾ ਥੋੜਾ ਧੋਈਦਾ ਬਹੁਤ ਕੂੜਾ ਥੋੜਾ ਕਰਦਾ ਝਾੜੂ ਪੋਚੇ ਇੱਥੇ ਮਰਦੀ ਆ ਕੱਪੜਾ ਲੀੜਾ ਇੱਥੇ ਧੋਣੀ ਆ ਕੀ ਨਹੀਂ ਕਰਦੀ ਮੈਂ ਇਹ ਚੰਗਾ ਅੰਦਰ ਵਗ ਜਾ ਵਗ ਜਾ ਤੂੰ ਡੰਗਰਾਂ ਦਾ ਤਾਂ ਸਾਰਾ ਮੈਂ ਮਰਦੀ ਆ ਅਸੀਂ ਗੱਲ ਕਰ ਲਈਏ ਕੋਈ ਹਟਦੀ ਨਹੀਂ ਸਾਰਾ ਦਿਨ ਚਿਰ 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 ਤਾਂ ਮੇਰੇ ਸਾਲਿਆਂ ਦੀ ਨੂੰ ਪਲੱਗ ਨੂੰ ਹੱਥ ਨਾਲ ਨਹੀਂ ਕੱਢਦੀ ਰੋਜ਼ ਝੂਟਾ ਮਾਰ ਕੇ ਕਰਦੀ ਆ ਤਾ ਕਲੇ ਛੜ ਰਿਆ ਰੋਜ਼ ਤਾਂ ਇੱਚ ਤਾਰਾਂ ਪਸਾਣੀਆਂ ਪੈਂਦੀਆਂ ਨੇ ਆ ਬੋਲਦੇ ਨਹੀਂ ਚਾਹ ਪੀਲਾ ਵੇ ਪਲੇਕ ਪਹਿਣਿਆ ਵੇ ਕੀੜੇ ਚੱਲੇ ਜਾਣ ਤੇਰੇ ਵੇ ਉੱਧਰ ਘਾਤੋਂ ਮੂੰ ਚੱਕਿਆ ਇਹ ਉੱਧਰ ਮੈਂ ਕੀ ਦੇਖਿਆ ਕਮਾਲ ਹੋ ਰਹੀ ਹੈ ਲੈ ਵੇ ਤੂੰ ਟੇਕਲਾ ਟੇਕਲਾ ਤੂੰ ਨਾ ਆਪਦਾ ਘਰ ਬਰਬਾਦ ਕਰ ਕਿਉਂ ਲੋਕਾਂ 'ਚ ਜਲੂਸ ਕੱਢੇਗਾ ਕਿਉਂ ਲੋਕਾਂ ਦੇ ਵਿੱਚ ਤੂ ਤੂ ਕਰਾਏਗਾ ਫੜਚਾ ਲੈ ਇਹ ਮੈਂ ਕੀ ਖੋਖੜਿਆ ਤਾਂ ਇਹਦਾ ਦੱਸਦੇ ਘਰੇ ਦਾ ਤੂੰ ਨਹੀਂ ਖੜਦੀ ਕੀ ਕਹਿੰਦੀ ਉਹ ਤੈਨੂੰ ਉਹਦੇ ਬਾਦ ਪੈਰੀ ਹੈ ਵੇ ਕਹਿੰਦੀ ਨਹੀਂ ਕਹਿੰਦੀ ਨਹੀਂ ਬੈ ਚੁੱਪ ਕਰਕੇ ਛੁਰੀਆਂ ਚਲਾਉਂਦੀ ਆ ਵਿਚੇ ਵਿੱਚ ਬੈ ਦੇਖ ਲੈ ਤੂੰ ਤਾਂ ਬੋਲਣਾ ਨਹੀਂ ਤੇਰੇ ਮੂੰਹ ਦੇ ਵਿੱਚ ਤਾਂ ਪਤਾ ਨਹੀਂ ਕੀ ਲੈਚੀਆਂ ਪਾਈਆਂ ਹੋਈਆਂ ਅਗਲੀ ਦੇਖ ਲੈ ਉਹਦੇ ਬੰਦੇ ਨੂੰ ਨਾ ਸਾਰੀ ਦਿਹਾੜੀ ਸਖਾ ਸਖਾ ਕੇ ਸਖਾ ਸਖਾ ਕੇ ਵੇ ਕੰਨਾਚਰ ਹੋ ਗਿਆ ਬੁੜੇ ਦੀ ਕਮਾਈ ਖਾਂਦਿਆਂ ਨੂੰ ਮੈਂ ਕੰਨਾਚਰ ਬਰਦਾਸ਼ਤ ਕਰੂੰਗੀ ਕਹਿੰਦੀ ਬੁੜੇ ਦੀ ਕਮਾਈ ਖਾਣ ਲੱਗ ਰਹੇ ਨੇ ਮੇਰੀ ਗੱਲ ਸੁਣਾ ਆਪਣੇ ਨਾਲ ਵੀ ਇੱਕ ਕਿਲਾ ਵੱਧਾ ਉਹ ਵੀ ਤਾਂ ਸਾਮਿਆਂ ਉਹਨਾਂ ਨੇ ਇੱਕ ਅਗਲੇ ਇਲਾਜ ਨਹੀਂ ਕਰਾਂਦੇ ਤੇਖ ਲੈ ਤੇਕਲਾ ਮੇਰ ਤੋਂ ਨਾ ਪੜਦਾ ਚਕਾ ਨਾ ਪੜਦਾ ਚਕਾ ਮੈਂ ਕਹਿੰਦੀ ਆ ਘਰ ਦੀ ਗੱਲ ਆ ਘਰੇ ਰਹਿ ਜੇ ਚੰਗਾ ਰਹੂ ਮੈਨੂੰ ਤੂੰ ਐਂ ਦੱਸ ਵੀ ਕਿੱਦੇ ਉਹਨਾਂ ਨੇ ਬਲਾਡੇ ਵਾਲੇ ਹਸਪਤਾਲ ਦੇ ਵਿੱਚ ਬੁੜਾ ਦਾਖਲ ਕਰਾਇਆ ਦੱਸੀ ਮੈਨੂੰ ਏ ਰੋਜ ਡਾਕਟਰਾਂ ਆਂਦਾ ਮੈਂ ਸਭ ਕੁਝ ਜਾਣਦਾ ਰੋਜ ਤਾਂ ਵਿਚਾਰਾ ਟੀਲਾ ਮੱਠਾ ਰਹਿੰਦਾ ਵੇ ਡਾਕਟਰ ਤਾਂ ਮੱਜ ਦੇ ਟੀਕਾ ਲਾਉਣ ਆਉਂਦਾ ਬੁੜੇ ਨੂੰ ਤਾਂ ਹੋ ਨਾ ਲਿਆ ਕੇ ਫਸਦੇ ਵਿੱਚੋਂ ਹਰੇ ਪੱਤੇ ਵਾਲੀ ਗੋਲੀ ਉਹ ਦੇ ਦਿੰਦੇ ਆ ਮਰਨਿਆ ਬੁੜੇ ਨੂੰ ਐਂ ਲੱਗਦਾ ਪਤਾ ਨਹੀਂ ਕਿਹੜੇ ਪੀਜੀਏ ਤੋਂ ਦਵਾਈ ਲਿਆਤੀ ਮੈਨੂੰ ਏ ਮੈਂ ਜਾਣਦਾ ਬਸ ਤੈਨੂੰ ਮੇਰਾ ਦਿਮਾਗ ਨਾ ਖਾ ਮੇਰਾ ਦਿਮਾਗ ਨਾ ਖਾ ਮੈਨੂੰ ਤਾਂ ਚਾਹ ਪੀਣੀ ਦੁੱਪਰ ਕਰਤੀ ਤਾਂ ਫਿਰ ਤੂੰ ਤਾਂ ਐਂ ਕਹਿੰਨੀ ਆ ਅਖਰ ਨੂੰ ਤਾਂ ਵੀ ਮੈਂ ਬਾਪ ਦੀ ਕਰਦਨ ਮਰੋੜੇ ਮਾਂ ਤੇਰੇ ਕੋਲ ਤਾਂ ਆਹੀ ਕੰਮ ਐ ਜਦੋਂ ਕੋਈ ਗੱਲ ਦਾ ਜਵਾਬ ਮੁੱਕ ਜੇ ਉਦੋਂ ਮੈਂ 부ੜੇ ਦੀ ਗਰਦਨ ਮਰੋੜਾਂ ਹਾਂ ਗਰਦਨ ਮਰੋੜੇ ਹਮਨਾ ਹੋਰ ਤੇਰੇ ਕੋਲ ਕੰਮ ਹੈਗਾ ਕੋਈ ਜਵਾਬ ਹੈਗਾ ਤੇਰੇ ਕੋਲੇ ਉਹਦੀ ਤੀਵੀਂ ਦੇਹਲਾ ਕਿੱਡੀ ਚਲਾਕ ਹੈ ਬੇ ਰਾਸ਼ਨ ਤੇਰੇ ਘਰੋਂ ਲੈ ਕੇ ਖਾ ਜਾਂਦੀ ਹੈ ਤੇ 부ੜੇ ਦੀ ਕਮਾਈ ਵੀ ਆਪ ਖਾ ਜਾਂਦੀ ਹੈ ਤੋ ਤੂੰ ਗੱਲਾਂ ਜੋਗਾ ਆਹੋ ਮੇਰੇ ਲਈ ਵੀ ਨਹੀਂ ਕੰਮ ਹੈਗਾ ਤੂੰ ਹੀ ਦਰਿਆ ਬੁੰਦੀਆਂ ਰੋਜ਼ ਬੇ ਜਾਣਦੀਆਂ ਜਾਣਦੀਆਂ ਮੈਂ ਤੇਰੇ ਕੰਮ ਨੂੰ ਬੇਜੇ ਤੂੰ ਐਡਾ ਹੀ ਕੰਮ ਕਰਨ ਵਾਲਾ ਹੁੰਦਾ ਨਾ ਤਾ ਕੁਸਣਾ ਕੁਸ ਹੁਣ ਨੂੰ ਘਰ ਦਾ ਬਣਾ ਲੈਂਦਾ ਵੇ ਬੇਲੜ ਬੈਠਾ ਕਰਕੇ ਤਾਂ ਅਗਲੀ ਤੈਨੂੰ ਕੰਧ ਤੋਂ ਆਵਾਜ਼ਾਂ ਮਾਰੀ ਜਾਂਦੀ ਐ ਵੇ ਜੇ ਉਹਦੇ 'ਚ ਐਡਾ ਹੀ ਦਮ ਸੀ ਨਾ ਉਹਦੇ 'ਚ ਐਡਾ ਹੀ ਜੋਰ ਐ ਤਾਂ ਮੇਰੇ ਹੁੰਦਿਆਂ ਆਵਾਜ਼ ਮਾਰ ਕੇ ਦਿਖਾਉਂਦੀ ਮੇਰੇ ਹੁੰਦਿਆਂ ਮੇਰੇ ਮਗਰੋਂ ਕੇ ਆਵਾਜ਼ਾਂ ਮਾਰਦੀ ਐ ਆਹੋ ਜਾਣਦੇ ਤੂੰ ਜਾਣਦੇ ਤੂੰ ਕਿਉਂ ਮੇਰੇ ਕੰਨ ਖਾਨੀ ਐ ਕਿਉਂ ਕੰਨ ਖਾਨੀ ਆਪਣ ਉਹ ਵਗ ਜਾ ਵਗ ਜਾ ਕੀ ਲਵੇਂਗੀ ਚੁੱਪ ਕਰਨ ਦਾ ਇਹ ਨੌਤਾ ਛੜੀ ਚੰਗਾ ਤੀ ਕਿੱਥੇ ਭੰਗਾ ਸਿਹੜ ਐ ਕਿ ਆਪਣੇ ਬੈਂਕ ਦੇ ਵਿੱਚੋਂ ਬਜ਼ੁਰਗਾਂ ਨੂੰ ਪੈਲਸਨ ਮਿਲ ਰਹੀ ਹੈ ਭਾਈ ਬੁਡਾਪਾ ਪੈਲਸਨ ਸੋ ਆਪ ਆਪਣੀ ਪੈਨਸਨ ਵਿਆਹ ਦੇਖ ਲੈ ਆ ਬਾਬਾ ਲੋਸਮੈਂਟ ਕਰੀ ਜਾਂਦਾ ਵਾਹਿਗੁਰੂ ਜੀ ਇਹ ਮੈਨੂੰ ਸੁਣਦਾ ਮੈਂ ਪਾਗਲ ਥੋੜੀਆਂ ਤੇ ਮੈਂ ਤੈਨੂੰ ਕਿਹਾ ਤੂੰ ਪਾਗਲ ਉਹ ਕਹਿੰਦਾ ਐ ਲੱਗ ਰਿਹਾ ਜਿਵੇਂ ਮੈਂ ਪਾਗਲ ਹੋਵਾਂ ਬਾਬੇ ਲੋਸਮੈਂਟ ਕਰੀਏ ਬਾਪੂ ਨੂੰ ਜਾ ਕੇ ਪੈਨਸ਼ਨ ਦਿਵਾ ਲਿਆ ਇਹ ਕੋਈ ਨਾ ਦਿਵਾ ਲੇਗਾ ਕਿਉਂ ਸਵੇਰੇ ਸਵੇਰੇ ਕਲੇਸ਼ ਕਰਿਆ ਪਹਿਲਾਂ ਮੈਂ ਖੇਤ ਜਾਇਆ ਮਾਂ ਖੇਤ ਬਾਅਦ ਚ ਜਾਈ ਪਿਛਲੇ ਮਹੀਨੇ ਮਨੀ ਤੋਂ ਦੁਆ ਕੇ ਲੈ ਆਇਆ ਇਹ ਕੋਈ ਨਾ ਦਵਾ ਲਊਗਾ ਫਿਰ ਦਵਾ ਲਊਗਾ ਜਾ ਕੇ ਮੈਂ ਪਹਿਲਾਂ ਕੰਮ ਕਰਨਾ ਤੂੰ ਦਵਾ ਲਏਂਗਾ ਤੂੰ ਇਹ ਹਟ ਜਾ ਕਿਉਂ ਸਵੇਰੇ ਸਵੇਰੇ ਕਲੇਸ਼ ਕਰਿਆ ਦਵਾ ਲੇ ਹੂੰਗਾ ਤੈਨੂੰ ਕਹਿਦਾ ਹੱਤਾ ਜੇ ਚਾਰ ਪੈਸੇ ਕਰਿਆ ਨੇ ਤੇ ਤੂੰ ਜਰੇ ਨਹੀਂ ਜਾਂਦੇ ਤੇਰੀ ਕਿਹੜਾ ਤਰ੍ਹਾਂ ਆਉਂਦੀ ਆ ਬੱਜਮੀ ਇੱਥੇ ਮੈਨੂੰ ਵੀ ਤੂੰ ਪਟਵਾਰੀ ਲੱਗਿਆ ਹੋਇਆ ਇਹ ਹਟ ਐ ਪੈਸਾ ਪੈਸਾ ਨਾ ਕਰਿਆ ਕਰ ਤੂੰ ਲੈ ਪੈਸਿਆਂ 'ਚ ਤੂੰ ਮੱਚੇਂਗੀ ਦੇਖਤਾ ਸੀ ਕਿਵੇਂ ਪਕਾਈ ਮਾਰਦਾ ਵੱਧਦਾ ਹੀ ਜਾਂਦਾ ਹੈ ਇਸ ਸਵੇਰੇ ਸਵੇਰੇ ਕਲੇਸ਼ ਨਹੀਂ ਕਰਦੇ ਹੁੰਦੇ ਤੇ ਲੈ ਪਿੰਡ ਕਿਵੇਂ ਸੌਣ ਲੱਗ ਰਿਹਾ ਲੈ ਕੇ ਮੈਂ ਬੋਲਣ ਲੱਗ ਰਿਹਾ ਚਬਰ ਚਬਰ ਚੰਗਾ ਮੈਂ ਨਹੀਂ ਬੋਲਦੀ ਮੈਂ ਤੈਨੂੰ ਕੇਰਾ ਕਹਤਾ ਬਾਪੂ ਨੂੰ ਜਾ ਕੇ ਪਿੰਸਣ ਦਵਾ ਲਿਆ ਇਹ ਜੇ ਬਾਪੂ ਮਰ ਗਿਆ ਫਿਰ ਕਿੱਥੋਂ ਲਿਆਏਗੀ ਪਿੰਸਣ ਕਿਉਂ ਬਾਪੂ ਕਿਉਂ ਮਰੇ ਤੂੰ ਤਾਂ ਨਾਲੇ ਸੁੱਖਾ ਸੁਖਦਾ ਫਿਰਦਾ ਵੀ ਬਾਪੂ ਮਰ ਜੇ ਆਪਣੀ ਜ਼ਮੀਨ ਜਿਹੜੀ ਹੈਗੀ ਉਹ ਵੀ ਵੰਡੀ ਜਾਵੇ ਨਾਲੇ ਪਿੰਸਣ ਬੰਦ ਹੋ ਜੇ ਇਹ ਮੈਂ ਕਿਉਂ ਸੁੱਖਾ ਸੁਖਦਾ ਮੈਂ ਤਾਂ ਐ ਸੁੱਖਾ ਸੁਖੂ ਵੀ ਬਾਪੂ ਜਿਉਂਦਾ ਰਹੇ ਮੈਂ ਬੌੜੀਆਂ ਗੱਲਾਂ ਕਰਨ ਲੱਗ ਰਹੀ ਮੈਂ ਤੇਰੇ ਮੁੱਕੀ ਮਰੂ ਨਾਲੇ ਤੂੰ ਸਵੇਰੇ ਸਵੇਰੇ ਮੇਰੇ ਨਾਲ ਪਕਾਈ ਨਾ ਕਰ ਚੰਗਾ ਓ ਬਾਪੂ ਏ ਆ ਦੇਖ ਲੈ ਕਿਵੇਂ ਕਲੇਸ਼ ਕਰਨ ਲੱਗ ਰਿਹਾ ਸਵੇਰੇ ਸਵੇਰੇ ਦੇਖ ਲੈ ਪਾਣੀ ਪਾਣੀ ਨਹੀਂ ਓ ਪਾਈ ਪੰਮੀ ਬਹੂ ਠੀਕ ਤਾਂ ਕਹਿੰਦੀ ਐ ਫੇਰ ਧੁੱਪ ਹੋ ਜਾਂਦੀ ਐ ਮੇਰੇ ਤੋਂ ਖੜਾ ਨਹੀਂ ਜਾਂਦਾ ਨਾਲੇ ਪਾਠੂਆਂ ਦੇ ਡਿਊਟੀਆਂ ਦੇ ਹੋਰ ਆਲੇ-ਦਾਲੇ ਦੇ ਪਿੰਡਾਂ ਦੇ ਲੋਕ ਆ ਜਦੇ ਨੇ ਬੁੜੀਆਂ ਬੁੜੇ ਤੱਕਾ ਮੁੱਕੀ ਹੁੰਨੇ ਥੇ ਹੁਣ ਹੀ ਲੈ ਜਾ ਮੈਨੂੰ ਬਾਪੂ ਨੂੰ ਸੁਣਾਉਂਦਾ ਕਿਵੇਂ ਬਾਜਾ ਮਾਰ-ਮਾਰ ਕੇ ਏ ਵਗ ਜਾ ਵਗ ਜਾ ਓ ਆਉਨਾ ਬਾਪੂ ਟਿਕ ਜਾ ਓ ਆਨਾ ਆ ਗਿਆ ਬਾਬਾ ਬੋਲਣ ਲੱਗ ਗਿਆ ਵੇ ਸੁਣ ਲਾ ਸੁਣ ਲੈ ਤੇਰੇ ਕੰਨ ਖੁੱਲੇ ਆ ਤੈਨੂੰ ਸੁਣਦਾ ਵੀ ਆ ਬਾਬਾ ਕੀ ਕਹੀ ਜਾਂਦਾ ਏ ਹੁਣ ਤੱਕ ਤੇਰੀਆਂ ਸੁਣਦਾ ਰਿਹਾ ਮੇਰੀ ਕਦੇ ਮੇਰੀ ਵੀ ਸੁਣੀਆ ਤਾਂ ਤੂੰ ਪਹਿਲਾਂ ਮੇਰੀ ਸੁਣ ਵੇ ਬਾਬਾ ਦੇ ਲੈ ਨੌਂ ਸਮੇਟ ਕਰ ਗਿਆ ਕਹਿੰਦਾ ਭਾਈ ਪੈਨਸ਼ਨ ਆ ਗਈਆਂ ਤੇ ਆ ਸ਼ਰੀਕਾਂ ਕੋਲ ਤਾਂ ਆ ਜਾਣੇ ਹੁਣ ਪੈਸੇ ਪੈਨਸ਼ਨ ਦੇ ਵੇ ਤਾਂ ਹੀ ਤਾਂ ਅਗਲੀ ਬਦਲਵੇਂ ਸੂਟ ਪਾਉਂਦੀ ਆ ਰੋਜ਼ ਲੈ ਹੁਣ ਕਰਮਾਂ ਨੂੰ ਰੋਂਦੀ ਆ ਜਿੱਦੇ ਅੱਡ ਹੋਏ ਤੇ ਉੱਤੇ ਤਾਂ ਛਾਤੀ ਕੁੜਤੀ ਦੀ ਕਹਿੰਦੀ ਮੈਂ ਨਹੀਂ ਬਾਪੂ ਨੂੰ ਰੋਟੀ ਦਿੰਦੀ ਮੈਂ ਨਹੀਂ ਬਾਪੂ ਨੂੰ ਰੋਟੀ ਦਿੰਦੀ ਹੁਣ ਕਰਮਾਂ ਨੂੰ ਰੋਂਦੀ ਐ ਵੇ ਉੰਨੀ ਗੱਲ ਬੋਲ ਲੈ ਮੂੰਹ ਦੇ ਵਿੱਚੋਂ ਉੰਨੀ ਗੱਲ ਜਿੰਨੀ ਚ ਮੱਖੀਆਂ ਨਾ ਪਹਿਣ ਕਹਿੰਦਾ ਆਖੇ ਤੂੰ ਰੋਂਨੀ ਆ ਵੇ ਮੈਂ ਉਹਨਾਂ ਨੂੰ ਨਹੀਂ ਰੋਦੀ ਵੇ ਮੈਂ ਤਾਂ ਬੁੜੇ ਦੇ ਪੈਸੇ ਨੂੰ ਰੋਂਨੀ ਆ ਬੁੜੇ ਦੇ ਪੈਸੇ ਨੂੰ ਉਪਲਿਖ ਪੈਣਿਆ ਇਹ ਉਹ ਤਾਂ ਮੈਂ ਜਾਣਦਾ ਮੇਰੀ ਗੱਲ ਸੁਣ ਮੇਰੀ ਜਾਨ ਤੇ ਜਾਨ ਬਣ ਰਹੀ ਐ ਤੂੰ ਆਤਰਾ ਦੇ ਆਟਾ ਤੂੰ ਮੇਰੀ ਗੱਲ ਸੁਣ ਪਹਿਲਾਂ ਮੈਨੂੰ ਐਂ ਦੱਸ ਵੀ ਐਕਟਿਵ ਪੈਨਸ਼ਨ ਵਾਲੇ ਪੈਸੇ ਤੂੰ ਲੈ ਕੇ ਆਏਂਗਾ ਬੁੜੇ ਦੇ ਲਾ ਏ ਅੱਡ ਬਿੱਡ ਮੈਂ ਜੁੱਤੀਆਂ ਖਾਣੀਆਂ ਨੇ ਮੈਂ ਉਹਨਾਂ ਦੇ ਪਲਸਰ ਵਾਲੇ ਪੈਸੇ ਵਾਂ ਚੋਰੀਓ ਕੱਟ ਲਿਆ ਮੈਂ ਹੁਣ ਬੇ ਲੈ ਚਾਣਿਆ ਬੇ ਦੇਖ ਲਾ ਉਹ ਕਿੰਨਾ ਬੋਲਦੀ ਆ ਹੈ ਥਾਣਾ ਪੰਮੀ ਵਿਚਾਰਾ ਤੇ ਤੂੰ ਤੂੰ ਦੇਖ ਲਾ ਕਿਵੇਂ ਭੌਂਕਦਾ ਫਿਰ ਨਹੀਂ ਉਰਾ ਘਰ ਹੱਥਾਂ ਬੁੜਕਾ ਪੱਟਲਾ ਨਾ ਗੁੱਠੇ ਤੇ ਤੂੰ ਇੱਧਰ ਆ ਫੇਰ ਲੱਗ ਜੂ ਤੇਰੀ ਵੀ ਪਰਸਨ ਅੰਦਰ ਅੰਦਰ ਹੋ ਅੰਦਰ ਆਓ ਅੰਦਰ ਹੋ ਨਾ ਇਹ ਆਟਾ ਕੀ ਤੋਂ ਪਿਆ ਕੇ ਲਿਆ ਪਹਿਲਾਂ ਇਹ ਦੱਸ ਰਾਮੂ ਤੋਂ ਪਿਆ ਕੇ ਲਿਆ ਹੋਰ ਕੀ ਤੋਂ ਪਿਆ ਕੇ ਲਿਆ ਇਹ ਚੰਗਾ ਕੀਤਾ ਆ ਜਦੋਂ ਪਿਛਲੀ ਵਾਰ ਬੋਰੀ ਪਿਆ ਕੇ ਰਿਆ ਸੀ ਜਾਇ ਖਣ ਦਾ ਇੰਨਾ ਮੋਟਾ ਆਟਾ ਪੀ ਕੇ ਦੇਤਾ ਜਿਵੇਂ ਲੈਟਰੀ ਲਾਉਣੀ ਹੋਵੇ ਚੱਲ ਹੁਣ ਆ ਜਾ ਤੂੰ 6 ਮਹੀਨੇ ਤਾਂ ਉਹਦੇ ਪਹਿਲਾਂ ਪੈਸੇ ਨਹੀਂ ਦਿੱਤੇ ਅਗਲਾ ਹਰਖ ਦਾ ਮਾਰਿਆ ਮੋਟੀ ਪੀ ਹੋਈ ਹੋਰ ਬਰੀਕ ਪੀ ਹੋਈ ਆ ਜਾ ਚੱਲ ਆ ਚੱਲ ਚੱਲ ਤੇ ਦੇਖ ਹੌਲੀ ਕਦੇ ਆਖਿਆ ਤੂੰ ਲੇ ਆ ਬਾਪੂ ਜੀ ਪੈਨਸ਼ਨ ਹਾਲੇ ਪਾਈ ਚਾਹ ਬਣਾਵਾ ਕੇ ਰੋਟੀ ਪਕਾਵਾ ਚਾਹ ਤਾਂ ਰਹਿਣ ਦੇ ਭਾਈ ਰੋਟੀ ਵੀ ਰਹਿਣ ਦੇ ਰੋਟੀ ਤਾਂ ਖਾ ਕੇ ਕਿਤੇ ਭੀੜ ਤਾਂ ਨਹੀਂ ਸੀ ਉੱਥੇ ਭੀੜ ਤਾਂ ਹੈਗੀ ਸੀ ਭਾਈ ਤੈਨੂੰ ਬਦਿਆ ਫਿਰ ਆਲੇ-ਦਾਲੇ ਪਿੰਡਾਂ ਦੇ ਆ ਜਾਂਦੇ ਨੇ ਉਹ ਲੋਕ ਹੋਰ ਮੈਂ ਤਾਂ ਹੀ ਪੰਮੀ ਨੂੰ ਕਹਿੰਦੀ ਹਾਂ ਵੀ ਛੇਤੀ ਭੱਜ ਜਾ ਛੇਤੀ ਭੱਜ ਜਾ ਫਿਰ ਕਵੇੜਾ ਹੋ ਜਾਂਦਾ ਫਿਰ ਸ ਰਸ਼ ਹੋ ਜਾਂਦਾ ਲਿਓ ਫੜਾ ਦਿਓ ਮੈਨੂੰ ਪੈਸੇ ਤੁਹਾਡੇ ਡਿਗ ਡੁਗ ਜਾਣਗੇ ਕਿਤੇ ਉਹ ਚੱਲ ਭਾਈ ਸਿਆਣੇ ਬੰਦੇ ਲੈ ਵੀ ਰਹਿਣ ਦੇ ਪੈਸੇ ਕੋਈ ਨਾ ਫੇਰ ਲੈ ਲੇ ਬਾਪੂ ਜੀ ਜਦੋਂ ਲੋੜ ਹੋਈ ਤੁਹਾਨੂੰ ਦੇ ਦਾਂਗੇ ਲਿਓ ਫੜਾਓ ਕਿੰਨੀ ਮਿਲੀ ਪੈਨਸ਼ਨ 3000 ਹੈ ਭਾਈ 2 ਮਹੀਨੇ ਦੀ ਮਿਲ ਗਈ ਹੈ ਨਾ ਚੱਲ ਫਿਰ ਤਾਂ ਬਾਲਾ ਵਧੀਆ ਹੋ ਗਿਆ ਚੱਲ ਹਾਂ ਸਾੰਬੇ ਜਾਣਗੇ ਨਾ ਹੁਣ ਫਿਰ ਗੁੰਮਣਗੇ ਨਹੀਂ ਗੁੰਮਣ ਦਾ ਖਤਰਾ ਨਹੀਂ ਰਹਿੰਦਾ ਹਾਂ ਆ 1 2 ਆਲੋ ਬਾਪੂ ਜੀ ਆ ਤੁਸੀਂ ਰੱਖ ਲਿਓ ਚੰਗਾ ਸੰਭਾਲ ਕੇ ਰੱਖਿਓ ਕਿਤੇ ਹੋਰ ਡਿਗ ਡੁਗ ਜਾਣ ਫਿਰ ਫੇਰ ਔਖੇ ਹੁੰਦੇ ਫਿਰੋਂਗੇ ਚੰਗਾ ਰੋਟੀ ਖਾਣੀ ਹੈ ਮੈਨੂੰ ਦੱਸ ਦਿਓ ਕਿਆ ਨੂੰ ਸਿਆਣੇ ਬੰਦੇ ਦਾ ਪਊਆ ਚਾ ਰਿਆ ਜਾਂਦਾ ਨਾ ਤੂੰ ਕਹਿੰਦੀ 200 ਰੱਖ ਲੈ ਚਲੋ ਉੱਤੇ ਦਿਨੇ ਨੇ ਨੇ ਸੋਕਾ ਮਾਰਿਆ ਸੱਚੀ ਕੀ ਬੰਦਾ ਬਾਰ ਬਾਰ ਪੱਤੇ ਜਿਹਾ ਸੇਕ ਇੱਕ ਕਿਨੂੰ ਲੱਗ ਰਹੀਆਂ ਹੁਣ ਗਾਣਾ ਦੇਣਾ ਮਕਸਦ ਆ ਕਰ ਕਿਸੇ ਨੂੰ ਬੇਮਾਇਤਾ ਕਿਸੇ ਨੂੰ ਕੁਛ ਨਹੀਂ ਕਹਿੰਦੀ ਮੈਂ ਤਾਂ ਇਹ ਕਹਿੰਦੀ ਆ ਵੀ ਇਹ ਨੇਰੀ ਬਾਰ ਬਾਰ ਆ ਜਾਂਦੀ ਆ ਹੋਰ ਮੈਂ ਕੀ ਕਹਣਾ ਫੇਰ ਹੁਣ ਰੱਬ ਦੇ ਉੱਤੇ ਤਰਪਾਲ ਪਾਇਆ ਨੇਰੀ ਆ ਜਾਂਦੀ ਆ ਮੇਰੀ ਗੱਲ ਸੁਣਾ ਮੈਂ ਪਟਵਾਰੀ ਕੋਲੇ ਜਾਣਾ ਹੁਣ ਤੂੰ ਪਟਵਾਰੀ ਕੋਲੇ ਕੀ ਲੈਣ ਚੱਲੇ ਆ ਉਹਨੇ ਦੱਸ ਕਿਹੜੇ ਨੂਨ ਵਾਲੇ ਚੌਲ ਬਣਾਉਣੇ ਨੇ ਉੱਥੇ ਇਹ ਉਹਨੇ ਮੈਂ ਰੱਖ ਲਿਆ ਪਟਵਾਰੀ ਨੇ ਉਹ ਕਹਿੰਦਾ ਵੀ ਤੂੰ ਸੋਹਣਾ ਸੁਨੱਖਾ ਮੁੰਡਾ ਪੜਿਆ ਦੇਖਿਆ ਵੀ ਆ ਮੇਰੇ ਨਾਲ ਹੱਥ ਪਟਾਇਆ ਕਰ ਕੰਮ ਵਿੱਚ ਕਹਿੰਦਾ ਵੀ ਮਰ ਲਵੇ ਕੰਮ ਜਾਦਿਆ ਕਹਿੰਦਾ ਅੱਛਾ ਬੱਲੇ ਕੋ ਸਾਰੇ ਪੜ ਚੋਂ ਤੂੰ ਹੀ ਇਕੱਲਾ ਸੋਹਣਾ ਸੀਗਾ ਹੈ ਤੂੰ ਮੈਨੂੰ ਚੱਜ ਦੀ ਗੱਲ ਦੱਸ ਉਹ ਤੇ ਕਰਨ ਕੀ ਚੱਲਿਆ ਜਾਣਦੀ ਆ ਮੈਂ ਤੈਨੂੰ ਸੋਹਣੇ ਸਾਣੇ ਤੂੰ ਤਾਂ ਫਿਰ ਹੋਰ ਮੈਂ ਤੈਨੂੰ ਕੀ ਆਖਾਂ ਜ਼ਿੰਮੇਦਾਰ ਪਟਵਾਰੀ ਲਵੇ ਕੀ ਕਰਨ ਜਾਂਦਾ ਹੁੰਦਾ ਤੈਨੂੰ ਨਹੀਂ ਪਤਾ ਵੇ ਜਾਣਦਾ ਤਾਂ ਚੱਲ ਕੰਮ ਹੀ ਐ ਹੁਣ ਉਹਦਾ ਮੈਨੂੰ ਵੀ ਪਤਾਗਾ ਪਰ ਮੈਂ ਤੂੰ ਐਂ ਦੱਸ ਬਿਆ ਇਹ ਚ ਘੜੇ ਕੰਮ ਚੱਲਿਆ ਤੂੰ ਐਂ ਕੰਮ ਹੈ ਏ ਮੇਰੀ ਗੱਲ ਸੁਣ ਘਰੇ ਕਿਹੜਾ ਤੇ ਤਾਏ ਲੱਗੀ ਪਈ ਆ ਪੈਸਿਆਂ ਦੀ ਲੋਨ ਕਰਾਵਾਂਗੇ ਪਟਵਾਰੀ ਕੋਲੇ ਜਾਣਾ ਓ ਮੇਰੀ ਆਏ ਦੱਸ ਗੱਲ ਇੱਕ ਆ ਗਵਾਡਣ ਤੂੰ ਘਰੇ ਦੇਖੀ ਅੱਜ ਮੈਨੂੰ ਕੀ ਪਤਾ ਮੈਨੂੰ ਸੁਪਨਾ ਆਇਆ ਏ ਦੀ ਗਮਾਂਡਣ ਦਾ ਕਮਾਲ ਏ ਉਹ ਗੱਲ ਕੀ ਕਹਿੰਨਾ ਮੈਂ ਗੱਲ ਕੀ ਛੇੜ ਕੇ ਬਹਿ ਜਾਂਦੀ ਐ ਦੇਖੇ ਮੈਨੂੰ ਤੇਰੇ ਤੇ ਸ਼ੱਕ ਜਾਂ ਹੁੰਦਾ ਉਧਰ ਨਾ ਦੇਖ ਮੈਂ ਤੇਰੀ ਪੱਗ ਵੱਲ ਦੇਖਦੀ ਆ ਵੀ ਜਿਹੜੇ ਹਸਾਮਨਾ ਤੂੰ ਪੱਗ ਬੰਨੀ ਆ ਮੈਨੂੰ ਆਏ ਲੱਗਦਾ ਵੀ ਗੱਲ ਕੋਈ ਹੋਰ ਨਹੀਂ ਐ ਪਟਵਾਰੀ ਵਾਲੀ ਗੱਲ ਤਾਂ ਹੈ ਨਹੀਂ ਮੈਂ ਪਲੱਸ 2 ਚ ਪੜਦਾ ਪੱਗ ਬੰਨੀ ਆ ਗੱਲਾਂ ਦੇ ਕਹੀਆਂ ਕਰਦੀ ਐ ਮੇਰੀ ਗੱਲ ਸੁਣ ਲੈ ਲਾਉਣ ਕਰਾਵਾਂਗੇ ਪਟਵਾਰੀ ਲਵੇ ਤਾਂ ਜਾਨਣਾ ਮੈਂ ਫਿਰ ਕੋਈ ਦੁੱਧ ਵਾਲੀ ਮੱਝ ਲਿਆਵਾਂਗੇ ਫਿਰ ਡੈਰੀ ਚ ਦੁੱਧ ਪਾਇਆ ਕਰਾਂਗੇ 4 ਪੈਸੇ ਆ ਜਾ ਕਰਨਗੇ ਤਾਂ ਤਾਂ ਕਿਸਦਾ ਲਿਆਣਾ ਨਹੀਂ ਕੁਛ ਦੇਣਾ ਨਹੀਂ ਤੇ ਤਾਂ ਬਸ ਇੱਕ ਲਿਪਸਟਿਕ ਲਾਣ ਜਾਣਦੀਆਂ ਬੁੱਲਾਂ ਤੇ ਬੇ ਮੇਰੀ ਗੱਲ ਸੁਣ ਲੈ ਮੇਰੀ ਮਾਂ ਮੈਨੂੰ ਆਉਂਦੀ ਜਾਂਦੀ ਨਾ ਪੈਸੇ ਦੇ ਕੇ ਜਾਂਦੀ ਆ ਮੈਂ ਉਹ ਸਾਮਕੇ ਰੱਖਦੀ ਆ ਤਾਂ ਲਿਪਸਟਿਕ ਆ ਲਾਉਣੀ ਆ ਬੇ ਤੂੰ ਮੈਨੂੰ ਕਿੱਥੇ ਕੋਈ ਚੀਜ਼ ਪਾਉਣ ਜੋਗਾ ਆ ਦੇਖ ਲੈ ਆਖੇ ਮਾਂ ਪਟਵਾਰੀ ਕੋਲੇ ਚੱਲਣਾ ਲੋਨ ਲੈਣਾ ਬੇ ਉਹ ਦੇਖ ਲੈ ਆਹੋ ਜਿਹੜੀ ਸਾਰਦਾ ਨਖਰੀ ਰੈਂਦੀ ਆ ਵੇ ਉਹ ਲੋਨ ਲੈ ਕੇ ਕਿਤੇ ਆਪਦੀਆਂ ਖੁਸ਼ੀਆਂ ਪੂਰੀਆਂ ਕਰਦੇ ਆ ਬੁੜੇ ਦੀ ਕਮਾਈ ਨਾਲ ਬੁੜੇ ਦੀ ਕਮਾਈ ਨਾਲ ਨਿਖਰੀ ਰਹਿੰਦੀ ਆ ਤੂੰ ਨਿਖਰ ਲੈ ਤੂੰ ਨਾਲ ਆ ਉਹ ਕਿਹੜਾ ਤੇਰੇ ਬਾਥਰੂਮ ਨੂੰ ਕੁੰਡੀ ਲਾ ਕੇ ਜਾਂਦੀ ਆ ਗੱਲਾਂ ਦੇ ਕਹੀ ਜਾਂ ਕਰਦੀ ਆ ਜਦ ਦੇਖ ਕੇ ਮੈਂ ਬਦਲਦਾ ਕੁੰਡੀ ਲਾਉਦੀ ਨਾਲ ਹਾਂ ਫਿਰ ਮੈ ਤਾਂ ਹੀ ਲੱਗਦਾ ਵੀ ਉਹ ਕੁੰਡੀ ਤੈਨੂੰ ਲਾਉਂਦੀ ਆ ਜਿਹੜੇ ਹਿਸਾਬ ਨਾਲ ਤੂੰ ਤਿਆਰ ਹੋ ਕੇ ਚੱਲਿਆ ਅੱਜ ਇੱਕ ਕਿਸੇ ਦਾ ਲੈਣਾ ਕਿਸੇ ਦਾ ਦੇਣਾ ਕਰੇ ਕਲੇਸ ਪਾਲਾਂ ਦੀਆਂ ਮੇਰੀ ਗੱਲ ਸੁਣ ਲੈ ਤੂੰ ਮੈ ਸਾਨੂੰ ਸੰਨੀਰ ਲਾਦੀ ਮੈਨੂੰ ਜਾਣ ਦੇ ਹੋਰ ਇਹ ਗੱਲਾਂ ਛਿੜ ਕੇ ਪੈ ਜਾਂਦੀ ਹੈ ਟਾਈਮ ਨਾਲ ਆ ਜੀ ਜਦੋਂ ਮੈਂ ਫੋਨ ਕੀਤਾ ਮੇਰਾ ਫੋਨ ਚੱਕ ਲਈ ਮੈਂ ਤੁਹਾਨੂੰ ਦੱਸਦਾ ਕਿਤੇ ਨਾ ਹੋਵੇ ਮੇਰਾ ਫੋਨ ਨਾ ਚੱਕੇ ਕੰਨੀ ਟਾਈਮ ਨਾਲ ਆ ਜੀ ਇਹ ਸਰਕਾਰੀ ਅਫਸਰ ਕਿਹੜਾ ਉੱਥੇ ਮਿਲਦਾ ਕੋਈ ਕਿਤੇ ਜਾ ਰਿਹਾ ਹੁੰਦਾ ਕੋਈ ਕਿਤੇ ਜਾ ਰਿਹਾ ਹੁੰਦਾ ਯਾਰ ਬਹੁਤਾਂ ਗੱਲਾਂ ਨਾ ਕਰ ਮੁੜ ਕੇ ਗਵਾਂਡੀਆਂ ਵਾਲਿਆਂ ਕੰਦਾ ਤੋਂ ਦੀ ਚਾਹ ਫੜੇਗਾ ਗਲਾਸ ਪੀਵੇਂਗਾ ਫਿਰ ਤਜਾਬ ਬਣਦਾ ਪਤਾ ਨਹੀਂ ਲੱਗਦਾ ਹਾਂ ਮਾਏ ਬਣਾਈਆ ਗੁਰਦੀ ਚਾਹ ਪੀਲਾ ਨਾ ਹੁਣ ਨੀ ਮੈਂ ਪਿੰਦਾ ਲੇਟ ਹੋ ਜੂਆ ਤੈਨੂੰ ਪਤਾ ਨਹੀਂ ਸਰਕਾਰੀ ਕੰਮ ਐ ਜਿਹੇ ਹੁੰਦੇ ਨੇ ਅਫਸਰ ਮਿਲ ਗਿਆ ਮਿਲ ਗਿਆ ਕਿ ਪਤਾ ਸਾਰਾ ਦਿਨ ਉੱਥੀ ਪੁੰਜੇ ਬੈਠਣਾ ਪੈ ਜੇ ਚੱਬਾ ਗਿਆ ਗੋ ਜਾ ਦਿਮਾਗ ਖਰਾਬ ਕਰਿਆ ਦਿਮਾਗ ਖਰਾਬ ਕਰਿਆ ਦਿਮਾਗ ਤਾਂ ਤਾਂ ਖਰਾਬ ਕਰਖਿਆ ਮੇਰਾ ਮੈਂ ਗੱਲ ਤਾਂ ਸੁਣ ਲੈ ਸੱਚੀ ਦੱਸ ਦੇ ਪਟਵਾਰੀ ਕੋਲ ਜਾਨਾ ਐ ਇਹ ਪਟਵਾਰੀ ਕੋਲੀ ਜਾਣਾ ਐ ਹੋਰ ਕਿੱਥੇ ਜਾਊਂਗਾ ਮੈਂ ਚੰਗਾ ਭਗ ਜਾ ਚੰਗਾ ਭਗ ਜਾ ਕਮਾਟ ਉਹ ਦੇਖਿਆ ਕੰਤੂ ਤੋਂ ਦੇ ਦੀ ਬੀ ਮੈਂ ਤਾਂ ਇਲਾ ਦਾ ਜਿਹੜੇ ਹਸਾਮਾ ਜੇ ਕੋਚਮੀ ਬਣ ਕੇ ਗਿਆ ਅਹੇ ਜਾਂ ਰੰਗ ਤਾਂ ਇਹ ਕਦੇ ਪਟਵਾਰੀ ਕੋਲ ਛੱਡ ਪਿਆਤੇ ਜਾਂਦਾ ਨਹੀਂ ਬਣ ਕੇ ਜਾਂਦਾ ਜਿਹੜੇ ਸਾਹ ਨਾਲ ਅੱਜ ਜਾਚਾ ਦੇਖਾ ਮੇਰੀ ਸੌਕਣ ਕਿਤੇ ਉਤਾ ਹੀ ਗਈ ਲੈ ਦੇਖ ਲਾ ਮੇਰੀ ਸੌਕਣ ਕਿਵੇਂ ਕੱਪੜੇ ਵਾਲੇ ਨੂੰ ਖੜਾਈ ਖੜੀ ਆ ਹੈ ਕਦੇ ਇੱਕ ਕਸੂਰ ਦੇਖਦੀ ਆ ਕਦੇ ਦੂਜਾ ਦੇਖਦੀ ਆ ਆਹੋ ਭਾਈ ਦੇਖਣਾ ਹੀ ਆ ਅਗਲੇ ਨੂੰ ਤਾਜੀ-ਤਾਜੀ ਪੈਨਸ਼ਨ ਮਿਲੀ ਹੋਈ ਆ ਆ ਬੇੜਾ ਬਹਿ ਗਿਆ ਸਾਟੀ ਵਾਲ ਦਾ 36 ਬਾਰ ਮੈਂ ਆਖਿਆ ਵੀ ਕਰ ਲਾ ਕੋਈ ਹੀਲਾ ਕਰ ਲਾ ਕੋਈ ਹੀਲਾ 4 ਪੈਸੇ ਹੱਥ ਜਾ ਜਾਣਗੇ ਹਾਏ ਰੱਬਾ ਮੇਰ ਤਾਂ ਟੱਟ ਚ ਹੁਣ ਗੋਲਾ ਬਣਿਆ ਰਹਿਣਾ ਜਿੰਨਾ ਚਿਰ ਉਹਨੂੰ ਮਾਂ ਦੱਸਿਆ ਉਹ ਹਰਾਮਣ ਸੂਟ ਦੇਖਦੀ ਸੀ ਚੱਲ ਕੋਈ ਹੁਣ ਤਾਂ ਸਬਰ ਦਾ ਘੋਟੇ ਭਰ ਨਹੀਂ ਪਿਆ ਆ ਲੈਣ ਦੇ ਜੇ ਮੈਂ ਵੀ ਲਾਂਬੂ ਨਾ ਲਾਤਾ ਪੈਰਾਂ ਚ ਤਾਂ ਮੈਨੂੰ ਵੀ ਉਹਨੇ ਕੀ ਜਾਣਣਾ ਫਿਰ ਚੱਲ ਉਹ ਮੁੰਡਿਆ ਉਹ ਪੂਤ ਨੇੜੇ ਉਹਦੀ ਕਾਲੇ ਦੀ ਜ਼ਮੀਨ ਦੇਖੀ ਕਿੰਨੀ ਐ ਉਹ ਗਰਦੌਰੀ ਕਢਾਉਣ ਨੂੰ ਕਹਿੰਦਾ ਸੀ ਚੈੱਕ ਕਰ ਬੜਾ ਯਾ ਸਤਿਕਾਰ ਜੀ ਸਸਤਰੀਕਾਰ ਭਾਈ ਸਸਤਰੀਕਾਰ ਉਹ ਜੀ ਫਰਦ ਲੈਣੀ ਦੀ ਜੀ ਆਪਾਂ ਨੇ ਫਰਦ ਲੈਣੀ ਸੀ ਹਾਂਜੀ ਉਹ ਫਿਰ ਤੂੰ ਐ ਕਰ ਥੱਲੇ ਬੇਸਮੈਂਟ ਚ ਵਗ ਜਾ ਉੱਥੇ ਤੇਨੂੰ ਕੱਢ ਕੇ ਦੇ ਦੇਣਗੇ ਉਹ ਇਹ ਤਾਂ ਆਨਲਾਈਨ ਨਿਕਲ ਜਾਂਦੀ ਐ ਕਿਹੜੀ ਦੁਨੀਆ ਚ ਫਿਰਦਾ ਦੂੰ ਓਹੋ ਸੱਚੋ ਜੀ ਮੇਰਾ ਤਮਾਕ ਓਹੋ ਸੱਚੋ ਜੀ ਓਹੋ ਜਿਵੇਂ ਆਪਾਂ ਲਾਉਣ ਨਹੀਂ ਕਰਾਉਂਦੇ ਜੀ ਨਾਲ ਕਾਗਜ਼ਾ ਲੱਗਦਾ ਹੁੰਦਾ ਜੀ ਕੀ ਕਹਿੰਦੇ ਨੇ ਉਹਨੂੰ ਓਏ ਗਰਦੌਰੀ ਹਾਂ ਜੀ ਹਾਂ ਉਹ ਦੇ ਦਿਓ ਜੀ ਮੈਨੂੰ ਫਿਰ ਤੂੰ ਸਿੱਧਾ ਕਹਿ ਵੀ ਗਰਦੌਰੀ ਚਾਹੀਦੀ ਫਰਦ ਮੰਗੀ ਜਾਂਦਾ ਤੂੰ ਹਾਂ ਜੀ ਗਰਦੌਰੀ ਦੇ ਦਿਓ ਜੀ ਅੱਛਾ 7 ਕਿੱਲਿਆਂ ਜੀ 7 ਕਿੱਲਿਆਂ ਹੀ ਦੇ ਦਿਓ ਜੀ 7 ਕਿੱਲਿਆਂ ਦੀ ਹਾਂ ਜੀ ਦੇਵਾਂਗੇ ਜੇ ਤੇਰੇ 7 ਕਿੱਲੇ ਪੂਰੇ ਹੋਏ ਤਾਂ 7 ਕਿੱਲਿਆਂ ਦੀ ਦੇਵਾਂਗੇ ਅੱਛਾ ਚੈੱਕ ਕਰੀ ਮਾੜਾ ਕੀ ਨਾਮ ਹੈ ਤੇਰਾ ਮੇਰਾ ਨਾਮ ਹੈ ਜੀ ਭੋਲਾ son of ਲਖਮਣ ਸਿੰਘ ਜੀ ਲਖਮਣ ਸਿੰਘ ਚੈੱਕ ਕਰੀ ਮਾੜਾ ਪਿੰਡ ਹੈ ਵੀਰਗੜ ਜੀ ਵੀਰਗੜ ਹਾਂ ਜੀ ਦੇਖ ਦੇ ਪੂਰੇ 7 ਕਿੱਲੇ ਨੇ ਜੀ ਖੂਹ ਵਾਲੇ ਖੇਤ ਆ ਹਾ ਆਦੀ ਨੂੰ ਮੀਰ ਕਰਨ ਲੈ ਪੋਲਾ ਸਿੰਘ son of ਲక్ష్మణ ਸਿੰਘ ਆਹ ਜੀ ਤੇਰੀ ਹੈਗੀ ਐ 6 ਕਿੱਲੇ 7 ਕਨਾਲਾਂ 6 ਕਿੱਲੇ 7 ਕਨਾਲਾਂ ਇੱਕ ਇੱਕ ਕਨਾਲ ਤੇਰੀ ਘਟ ਐ 7 ਕਿੱਲੇ ਤੋਂ ਜੀ ਹਾਂ ਜੀ ਹਾਂ ਨਾ ਜੀ ਮੇਰੇ ਪੂਰੇ 7 ਕਿੱਲੇ ਨੇ ਨਹੀਂ ਦੇਹੀ ਆ ਦੇਖ ਲੈ ਇਹ ਅਬ ਪ੍ਰਵਿੰਦਰ ਸਿੰਘ ਕੌਣ ਐ ਪ੍ਰਵਿੰਦਰ ਪੰਮੀ ਹਾਏ ਮੇਰਾ ਭਾਈ ਐ ਜੀ ਇਹਦੇ ਕੋਲੇ ਪੂਰੇ 7 ਕਿਲੇ ਇੱਕ ਕਨਾਲ ਹੈ ਇਹਦੇ ਨਾਲ ਇੱਕ ਕਨਾਲ ਵੱਧਾ ਇੱਕ ਕਨਾਲ ਵੱਧਾ ਜੀ ਹਾਂ ਤੇਰੇ ਨਾਲ ਵੀ ਇੱਕ ਕਨਾਲ ਘਟਾ 7 ਕਿਲੇ ਤੋਂ ਇਹ ਪੜਾ ਤੁੱਖਾ ਆ ਜੀ ਫਿਰ ਮੇਰੇ ਨਾਲ ਚਲੋ ਫਿਰ ਮੈਨੂੰ ਇੰਨੀ ਜਿੰਨੀ ਹੈਗੀ ਜੀ ਇੰਨੀ ਗਰਦੌਰੀ ਦਾ ਲਾ ਕੇ ਦੇਓ ਜੀ ਹਾਂ ਇੰਨੀ ਗਰਦੌਰੀ ਤੈਨੂੰ ਦੇ ਦਾਂਗੇ ਕੋਈ ਚੱਕਰ ਨਹੀਂ ਐ ਕਰ ਮੁੰਡਿਆ ਤੂੰ ਇਹਨੂੰ ਗਰਦੌਰੀ ਕੱਢ ਕੇ ਦੇ ਦੇ ਠੀਕ ਹੈ ਹਾਂ ਮੈਂ ਆਇਆ ਮੜਾ ਕੰਮ ਕੰਮ ਹੈ ਥੋੜਾ ਜਿਹਾ ਇੱਕ ਕਨਾਲ ਘਟਾ ਫੇਰ ਜੀ ਤੁਸੀਂ ਐਂ ਕਰੋ ਮੇਰੀ ਜ਼ਮੀਨ ਐ ਮਿਣੀ ਆਓ ਮੇਰੇ ਨਾਲੇ ਵਗ ਚੱਲੋ ਜੀ ਲੈ ਨਾਨਕੇ ਜਾਣਾ ਤੇਰੇ ਨਾਲੇ ਵਗ ਚੱਲੋ ਕਹਿੰਦਾ ਓਏ ਸਰਕਾਰੀ ਕੰਮ ਨੇ ਐਂ ਨਹੀਂ ਹੁੰਦੇ ਹੁੰਦੇ ਇੱਦਾਂ ਤੈਨੂੰ ਐਪਲੀਕੇਸ਼ਨ ਦੇਣੀ ਪਊ ਪਹਿਲਾਂ ਫੇਰ ਜਾ ਕੇ ਕਿਤੇ 2 ਮਹੀਨਿਆਂ ਚ ਤਰੀ ਜ਼ਮੀਨ ਮਿਣੀ ਜਾਊਗੀ ਐਪਲੀਕੇਸ਼ਨ ਦੇਣੀ ਪਊ ਜੀ ਹੋਰ ਹੋਣੇ ਕਿ ਖਾਲਾ ਜੀ ਦਾ ਪੜਾ ਮੁੰਡਿਆ ਹਾਂ ਜੀ ਤੂੰ ਐਂ ਕਰ ਤੂੰ ਇਹਨੂੰ ਗਰਦੌਰੀਆਂ ਲਾ ਕੇ ਦੇ 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 ਮੈਂ ਆਉਣਾ ਮੜਿਆ ਕੰਮ ਜਾਇਆ ਮੈਂ ਠੀਕ ਹੈ ਜੀ ਕਹਦਾ ਆਜੋ ਫੇਰੇ ਨਾਲ ਭੱਜੋ ਤੁਸੀਂ ਆਜੋ ਉਹ ਗੁਰੂ ਉਧਰੇ ਬਹਿ ਜਾ ਇੱਧਰ ਤਾਂ ਮੈਂ ਨਹੀਂ ਬੈਠਿਆ 5 ਸਾਲ ਹੋ ਗਏ ਉੱਥੇ ਬਹਿ ਜਾ ਤੂੰ ਕਨਾਲ ਹੋਰ ਘਟਾ ਲੇਂਗਾ ਜੀ ਪਟਵਾਰੀ ਨੇ ਦੇਖ ਲਿਆ ਉੱਥੇ ਦੇ ਬੈਠੇ ਨੇ ਠੀਕ ਹੈ ਜੀ ਚਲ ਅਗਰ ਦੌਰੀਆਂ ਲਾਓ ਜੀ ਲਾ ਦਿੰਦੇ ਆ ਨਾ ਜੀ ਜ਼ਮੀਨ ਮਿੰਟ ਤੇ ਪੂਰੇ 2 ਮਹੀਨੇ ਲੱਗਣਗੇ ਜੀ ਕੋਈ ਕਾਨੂੰਨ ਲੱਗਦੇ ਨੇ 2 ਮਹੀਨੇ ਇਹ ਤਾਂ ਤੇਰੇ ਇੱਕ ਦਿਨ ਦਾ ਕੰਮ ਆ ਤੇਰੇ ਪਿੰਡ ਸਵਰਨ ਨਹੀਂ ਹੈਗਾ ਜਿਹੜਾ ਮੁੰਡਾ ਹਾਂ ਜੀ ਹਾਂ ਪਟਵਾਰੀ ਨਾਲ ਚੰਗੀ ਬੈਠ ਉੱਠਾ ਹਾਂ ਜੀ ਰੁਪਇਆ 40000 ਲੱਖੂ ਤੇਰਾ ਕੱਲ ਨੂੰ ਹੀ ਬਣ ਜੂਗਾ ਕੰਮ ਕਿਉਂ ਚੱਕਰਾਂ ਚ ਪੈ ਰਿਆ ਦੂਈ ਦੋ ਦੂ ਮਹੀਨੇ ਕਾਨੂੰਨ ਲੱਗ ਪਰ ਕਨਾਲ ਦਾ ਰੇਟ ਵੀ ਬਹੁਤ ਹੋ ਰਿਹਾ ਹੈ ਨਾ ਜੀ ਆਪ ਤਾਂ ਹੋਇ ਰਿਹਾ ਤੈਨੂੰ ਪਤਾ ਤਾਂ ਹੈਗਾ ਚਲ ਤੁਸੀਂ ਗਰਦੌਰੀਆਂ ਲਾ ਕੇ ਦਿਓ ਜੀ ਫਿਰ ਦੇਖਦੇ ਆਂ ਫਿਰ ਕੋਈ ਨਾ ਕਰ ਲੈ ਫੋਲੇ 1000 ਰੁਪਏ ਰਿਹਾ ਪੜ ਗਈ 1000 ਰੁਪਏ ਜੀ ਹਾਂ ਬਈ 1000 ਰੁਪਏ ਨਾਲੇ ਕਹਿੰਦੇ ਭਗਵੰਤ ਮਾਨ ਨੇ ਬੰਦ ਕਰਖਿਆ ਜੀ ਭਗਵੰਤ ਮਾਨ ਨੇ ਬੰਦ ਕਰਖਿਆ ਸੀ ਤਾਂ ਨਹੀਂ ਕੀਤਾ ਸਾਡੇ ਤਾਂ ਇਸੇ ਸਾਰੇ ਚੱਲ ਵੀਰੇ ਖਰਚਾ ਪਾਣੀ ਫਿਰ ਤੂੰ ਤਾਂ ਐ ਕਹਿੰਦਾ ਵੀ ਉਰੇ ਗੜਾ ਭਗਵੰਤ ਮਾਨ ਦੇਖਦਾ ਉਹੀ ਗੱਲ ਆ ਕਿਵੇਂ ਮਰਜ਼ੀ ਸਮਝ ਲਾ ਸਾਰੇ ਮੁਲਾਜ਼ਮਾ ਯਾਰ ਸਾਡੇ ਤਾਂ ਐਵੇਂ ਟਾਈਮ ਪਾਸ ਹੁੰਦਾ ਇਸ ਤੋਂ 1000 ਲੈ ਲੈ ਕੇ ਇਸ ਤੋਂ 500 ਲੈ ਲਿਆ ਲੈ ਜਰਾ ਆਪਦੇ ਸਿਹਾਬ ਨਾਲੇ ਜਿੰਨੀ ਕ ਲੈਸ ਹੁੰਦੀ ਐ ਲੈਸ ਕਰ ਦੇ ਇਹ ਜੋ ਤਾਂ ਕੀ ਲੈਸ ਕਰੂੰ 1000 ਰੁਪਇਆ ਪਤੰਦਰ ਤੇ ਜਿਹੜੀ ਮੈਂ ਤੈਨੂੰ ਗੱਲ ਕਹੀ ਆ ਨਾਲੇ ਉਹਨੂੰ ਮਿਲਣੀ ਜਾ ਕੇ ਤੇਰਾ ਕੱਲ ਨੂੰ ਕੰਮ ਬਣ ਜੂਗਾ ਚਲੋ ਠੀਕ ਆ ਜੀ ਠੀਕ ਆ ਆਇਆ ਏ ਪਟਵਾਰੀ ਕੋਲੇ ਜੈ ਜੈ ਮੈਂ ਗੱਲ ਸੁਣ ਚਾਹ ਬਣਾਵਾਂ ਮੈਂ ਕਿ ਰੋਟੀ ਖਾਏਗਾ ਨਾ ਮੇਰਾ ਅਨਜੀ ਕਰਦਾ ਚੰਨ ਕਿਉਂ ਕੀ ਗੱਲ ਨਾ ਭੁੱਖ ਨਹੀਂ ਲੱਗਿਆ ਲੈ ਮੈਨੂੰ ਪੱਕਾ ਪਤਾ ਉਹ ਸ਼ਹਿਰ ਦੇ ਵਿੱਚ ਨਾ ਤੂੰ ਆਲੂ ਵਾਲੇ ਉਹ ਸਮੋਸੇ ਜਿ ਖਾਏ ਆਏ ਹੋਏਗਾ ਹੁਣ ਤਾਂ ਹੀ ਤੈਨੂੰ ਭੁੱਖ ਨਹੀਂ ਲੱਗਦੀ ਆਹੋ ਖਾਇਆ ਸਮੋਸੇ ਹਾਇ ਰੱਬ ਇਹ ਤੂੰ ਬੋਲਦਾ ਜਾਂ ਘਾਤੋਨੀ ਅਗਿਤਾ ਇੱਕ ਗੱਲ ਕਹੋ ਤੇ 10 ਜਵਾਬ ਦਿੰਦਾ ਉਹ ਵੀ ਸਿਰ ਚੜ ਚੜ ਕੇ ਤੇ ਹੁਣ ਬੜਾ ਚੁੱਪ ਜੇ ਕਰਕੇ ਤੁਰ ਗਿਆ ਚਲ ਕੋਈ ਨਹੀਂ ਪਟਵਾਰੀ ਕੋਲ ਆ ਕੇ ਆਇਆ ਤੇ ਲੜ ਮੁਰ ਗਿਆ ਹੁਣ ਆ ਭੋਰਾ ਹੋਣ ਕੀ